ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਮਤਲਬ ਪਿਛਲੇ ਵਾਰ ਆਪਾਂ ਜਦੋਂ ਭਾਜੀ ਵਲੌਗ ਬਣਾਇਆ ਸੀ ਅਮਰਤ ਦੇ ਨਾਲ, ਮੈਂ ਤੁਸੀਂ ਪਤਾ ਨੀ ਵੇਖਿਆ ਹੋਣਾ, ਪਰ ਮੈਂ ਬਣਾਇਆ ਸੀ। ਉਹਦੇ ਵਿੱਚ ਮਤਲਬ ਕੋਈ ਵੀਰਾਂ ਨੇ ਬੜੇ ਸਵਾਲ ਵੀ ਕੀਤੇ, ਹੋਰ ਵੀ ਕਈ ਗੱਲਾਂ ਹੈਗੀਆਂ ਜਿਹੜੀਆਂ। ਜੇ ਇਹੋ ਸਾਰਾ ਇਹੀ ਵੀਡੀਓ ਦੇ ਥੱਲੇ ਆ ਜਾਣ ਕਮੈਂਟ ਮੇਰੇ ਮਨ ਚ ਵਾ। ਹੁਣ ਭਾਜੀ ਨੂੰ ਇਹਨਾਂ ਨੂੰ ਹੋ ਗਏ ਆ ਇੱਥੇ 15 ਸਾਲ। ਹਾਂਜੀ 15 ਸਾਲ ਹੋ ਗਏ ਆ ਇਹਨਾਂ ਨੂੰ ਇੱਥੇ, ਤੇ ਪਹਿਲੋਂ ਨਾਲੋਂ ਤੇ ਹੁਣ ਨਾਲੋਂ ਕੀ ਬਦਲ ਗਿਆ ਵਾ ਇੱਥੇ? ਤੇ ਬਾਕੀ ਜਿਹੜੇ ਵੀਰਾਂ ਨੇ ਸਵਾਲ ਪਿਛਲੀ ਵੀਡੀਓ ਚ ਕੀਤੇ ਆ, ਤੇ ਜਰੂਰ ਮੈਂ ਤੇ ਵੀਡੀਓ ਬਣਾਉਣੀ ਛੱਡ ਹੀ ਗਿਆ ਸੀ, ਤੁਹਾਨੂੰ ਪਤਾ ਬਹੁਤ ਟਾਈਮ ਦੀ ਪ੍ਰੋਬਲਮ ਤੇ ਟਾਈਮ ਦੀ ਬਹੁਤ ਪ੍ਰੋਬਲਮ। ਬਾਕੀ ਵੀਰਾਂ ਨੇ ਸਵਾਲ ਬੜੇ ਕੀਤੇ, ਕਈ 5-7 ਹੀ ਸਵਾਲ ਸਾਡੇ ਵਾਸਤੇ ਬਹੁਤ ਵਾ ਇੰਨੇ ਵੀ, ਨਵੀਂ ਵੀਡੀਓ ਦੇ ਇੰਨੇ ਕਮੈਂਟ ਆ ਜਾਣੇ, ਬੜੀ ਵੱਡੀ ਗੱਲ ਜਿਹੜੇ ਵੀਡੀਓ ਬਣਾਉਂਦੇ। ਤੇ ਬਹੁਤ ਪਿਆਰ ਮਿਲਿਆ ਵੀਰਾਂ ਦਾ। ਹਾਂ ਤੇ ਅੱਗੇ ਵੀ ਇਸੇ ਤਰ੍ਹਾਂ ਪਿਆਰ ਕਰਦੇ ਰਹੋ। ਬਾਕੀ ਤੁਹਾਨੂੰ ਕੋਈ ਵੀ ਕਿਸੇ ਵੀਰ ਨੂੰ ਕੋਈ ਗੱਲ ਪੁੱਛਣੀ ਹੋਵੇ ਇਟਲੀ ਬਾਰੇ, ਜਾਣਕਾਰੀ ਲੈ ਕੇ ਦੱਸ ਸਕਦੇ। ਚਲੋ ਵਕੀਲਾਂ ਨੂੰ ਮਿਲਦੇ ਰਹਿੰਦੇ ਭਾਜੀ, ਤੇ ਗੱਲਾਂ ਹੁੰਦੀਆਂ ਰਹਿੰਦੀਆਂ ਤੇ ਜਰੂਰ। ਤੇ ਪਹਿਲਾ ਕਮੈਂਟ ਮੈਂ ਇੱਕ ਵੀਰ ਨੇ ਕੀਤਾ ਸੀ ਆਪਣੇ ਨੇ, ਭਾਜੀ ਇੰਸਟਾ ਆਈਡੀ ਦੇ ਦਿਓ ਆਪਣੀ ਗੱਲ ਕਰਨੀ ਚਾਹੁੰਦਾ ਉਹ, ਤੇ ਮੈਂ ਇੰਸਟਾ ਆਈਡੀ ਵੀਰ ਮੈਂਸ਼ਨ ਕਰ ਦੂੰ ਇਹਦੇ ਉੱਤੇ। ਤੇ ਇੱਕ ਵੀਰ ਨੇ ਪੁੱਛਿਆ ਸੀ ਆ ਸਾਲ ਵਾਲਾ ਵਰਕ ਫਰਮ ਆਉਂਦਾ ਕਿ ਡਾਕਟਰੀ ਕਰਾਉਣੀ ਪੈਂਦੀ ਹੈ। ਇੱਕ ਵੀਰ ਨੇ ਪੁੱਛਿਆ ਕਿ ਇਟਲੀ ਦਾ ਜਦੋਂ ਆਪਾਂ ਵਰਕ ਲਈਦਾ ਪਰਮਿਟ, ਇਹਦੇ ਵਿੱਚ ਵੀਰ ਏਦਾਂ ਹੁੰਦਾ ਨਾ ਜਦੋਂ ਇੱਥੋਂ ਨੂਲਾਸਤਾ ਜਾਂਦਾ, ਉਹ ਤੋਂ ਬਾਅਦ ਕੁਛ ਨਹੀਂ ਕਰਨਾ ਪੈਂਦਾ, ਕੁਛ ਨਹੀਂ, ਬਸ ਅੰਬੈਸੀ ਜਾ ਕੇ ਉਹਨਾਂ ਵੀਜ਼ਾ ਦੇ ਦੇਣਾ, ਤੇ ਫਾਰਮੈਲਿਟੀ ਜਿਹੜੀ ਅੰਬੈਸੀ ਵਿੱਚ ਹੀ ਨੇ, ਕੁਛ ਨਹੀਂ ਚਾਹੀਦਾ, ਕੋਈ ਦਿੱਕਤ ਨਹੀਂ। ਉਸ ਬਾਅਦ ਬਸ ਜਦੋਂ ਵੀਜ਼ਾ ਤੋਂ ਪਹਿਲਾਂ ਇਨਕੁਆਇਰੀ ਆ ਕੇ ਆ ਜਾਂਦੀ ਤੁਹਾਡੇ, ਕਈ ਵਾਰ ਨਹੀਂ ਆਉਂਦੀ, ਤੇ ਬਾਕੀ ਕੋਈ ਪ੍ਰੋਬਲਮ ਨਹੀਂ ਵੀਜ਼ਾ ਬਹੁਤ ਜਲਦੀ ਨਹੀਂ ਆ। ਲਾਲੂ ਡਾਕਟਰੀ ਦਾ ਕੋਈ ਨਹੀਂ ਥੇ, ਕੋਈ ਨਹੀਂ ਸੰਬੰਧ ਹੁੰਦਾ। ਬਾਕੀ ਇੱਕ ਵੀਰ ਨੇ ਹੋਰ ਕੀਤਾ, 1 ਸਾਲ ਵਾਲੇ ਤੇ ਆਈਏ ਤੇ ਕੰਮ ਮਿਲ ਜਾਂਦਾ ਵੀਰ, ਇਹ ਤੇ ਚੱਕਰ ਜਦੋਂ ਆਓਗੇ ਭਾਜੀ ਨੂੰ ਵੀ ਪਤਾ, ਸਾਰੇ ਨੂੰ ਪਤਾ ਹੁੰਦਾ। ਗੱਲ ਇੱਦਾਂ ਜੀ, ਜਦੋਂ ਆਪਾਂ 1 ਸਾਲ ਪੇਪਰ ਤੇ ਆਉਂਦੇ ਹਾਂ ਨਾ, ਫਿਰ ਆ ਕੇ ਕੁਛ ਸ਼ਰਤਾਂ ਹੁੰਦੀਆਂ 1 ਸਾਲ ਦੀ, 1 ਮਹੀਨੇ ਦੇ ਵਿੱਚ, ਸੋਰੀ 1 ਵੀਕ ਦੇ ਵਿੱਚ ਨਾ ਆਪਾਂ ਨੂੰ ਪ੍ਰਫਾ ਤੋਰੇ ਜਾਣਾ ਪੈਂਦਾ, ਜਿੱਦਾਂ ਸਾਡੇ ਰੁਟੀਨ ਏਰੀਆ ਰੂਮ ਦੇ ਵਿੱਚ ਰਹਿੰਦੇ ਹਾਂ ਅਸੀਂ, ਤੇ ਇੱਕ ਉੱਥੇ ਐਂਟਰੀ ਜ਼ਰੂਰੀ ਹੈ। ਉਸ ਤੋਂ ਬਾਅਦ ਉਹ ਇੱਕ ਮੇਲ ਪਾਉਂਦੇ ਨੇ, ਜਿੱਦਾਂ ਵੀ ਉਹ ਫਿਰ ਡੇਟ ਮਿਲਦੀ ਫਿੰਗਰਾਂ ਦੀ, ਤੇ ਆਪਣੇ ਕੋਲ ਵੀਜ਼ਾ ਤਾਂ ਵੈਲਿਡ ਹੁੰਦਾ ਪਰ ਵੀਜ਼ੇ ਤੇ ਕਨੈਕਟ ਨਹੀਂ ਹੁੰਦਾ, ਉਹ ਤੱਕ ਥੋੜੀ ਪ੍ਰੋਬਲਮ ਹੈ ਕੱਚੇ ਬੰਦੇ ਨੂੰ ਕੰਮ ਦੀ। ਪਰ ਜੇ ਆਪਣਾ ਸਭ ਕੁਛ ਠੀਕ ਹੈ ਇੱਥੇ, ਆਪਣਾ ਜਿਹੜਾ ਬੰਦਾ ਅੱਗੇ ਆਪਣੇ ਸਹੀ ਹੈ, ਜੇ ਆਪਾਂ ਨੂੰ 1-1.5 ਮਹੀਨੇ ਦੇ ਵਿੱਚ ਜਿੱਦਾਂ ਇੱਕ ਕਿੱਟ ਭਰੀ ਜਾਏ ਆਪਣਾ ਫਿੰਗਰ ਜਿਹਨੂੰ ਕਹਿੰਦੇ ਨੇ ਇੰਪਰੋਂ ਤੇ ਤਰੀਕ ਮਿਲ ਜੇ, ਉਸ ਤੋਂ ਬਾਅਦ ਆਪਾਂ ਕਨੈਕਟ ਹੋ ਜਾਂਦਾ, ਫਿਰ ਕੰਮ ਕਨੈਕਟ ਹੋ ਜਾਏ, ਫਿਰ ਕੰਮ ਦੀ ਕੋਈ ਪ੍ਰੋਬਲਮ ਨਹੀਂ, ਫਿਰ ਕੰਮ ਸਾਲ ਵਾਲੇ ਨੂੰ ਹੀ ਆ, ਸਾਲ ਵਾਲੇ। ਬਾਕੀ ਹੁਣ ਇਸ ਟਾਈਮ ਤੁਹਾਨੂੰ ਪਤਾ ਕਿ 9 ਮਹੀਨੇ ਦੇ ਬਹੁਤ ਵੀਰ ਆ ਰਹੇ, ਬਹੁਤ ਵੀਰ ਆ ਰਹੇ, ਤੇ ਸਭ ਨੂੰ ਪਤਾ ਕਿ ਬੜਾ ਪੈਸਾ ਲਾ ਕੇ ਆ ਰਹੇ। ਕੱਲ ਪਰਸੋਂ ਜਿੱਦਣ ਤੁਸੀਂ ਅਸੀਂ ਮੈਂ ਗਿਆ ਸੀ ਬੋਲੀ ਸਾਈਡ, ਇੱਕ ਰਾਹ ਚ ਵੀਰ ਮਿਲਿਆ, ਉਹਨੇ 21 ਲੱਖ ਰੁਪਇਆ ਲਾ ਕੇ ਇੱਥੇ ਆਇਆ। ਆਪਣੇ ਚੱਲ ਜੋ ਲੱਗਦਾ ਜਿੰਨਾ ਲੱਗਦਾ, ਪਰ ਓਦਾਂ ਵੀ ਲੋਕੀ ਇੱਕ ਇੱਕ ਬੰਦੇ ਪਿੱਛੇ ਬਹੁਤ, ਕਈ ਵਾਰ 5-7 ਲੱਖ-8 ਲੱਖ ਰੁਪਇਆ ਬਸ ਆਪਣੀ ਜੇਬ ਚੋਂ ਪਾ ਕੇ ਮਜਬੂਰੀ ਦਾ ਫਾਇਦਾ ਚੱਕਦੇ ਨੇ। ਪੁਰਤਗਾਲ ਕਰਨਾ ਪੈਂਦਾ ਇੱਥੇ, ਜਦੋਂ ਆਪਣਾ ਕਨੈਕਟ ਹੋ ਜਾਂਦਾ ਨਾ, ਕਨੈਕਟ ਦੇ ਵਿੱਚ ਮਾਲਕ ਟੈਕਸ ਪੇ ਕਰਦੇ ਨੇ ਆਪਣਾ। ਸਭ ਤੋਂ ਪਹਿਲੇ ਇਹੀ ਇਟਲੀ ਦੀ ਖਾਸੀਅਤ ਹੈ, ਜਦੋਂ ਪੇਪਰ ਮਿਲ ਗਏ ਨਾ ਤੁਹਾਨੂੰ ਆਪ ਕੰਮ ਵੀ ਵਧੀਆ ਮਿਲ ਜਾਂਦਾ। ਹਾਂ, ਕੰਮ ਵਧੀਆ ਮਿਲਦਾ। ਉਸ ਤੋਂ ਬਾਅਦ ਜਿੱਦਾਂ ਤੁਹਾਡੀ ਖੁਦ ਜਿੱਦਾਂ ਮਾਲਕ ਪੂਰਾ ਸਾਲ ਕੰਮ ਕਰਕੇ ਜੇ 150 ਦਿਨ ਤੁਹਾਡੇ ਭਰ ਗਏ, ਫਿਰ ਗੌਰਮੈਂਟ ਘੱਟੋ ਘੱਟ 3500 ਯੂਰੋ 4000 ਯੂਰੋ 3.5-3.5 ਲੱਖ ਰੁਪਇਆ ਗੌਰਮੈਂਟ ਦੇਊਗੀ। ਜੇ ਮੇਰੇ ਬੱਚੇ ਇੱਥੇ ਨੇ, ਬੱਚਿਆਂ ਨੂੰ 190 ਰੁਪਏ ਮਹੀਨੇ ਦੇ ਬੱਚਿਆਂ ਨੂੰ ਮਿਲਦੇ ਨੇ, 825 ਰੁਪਏ ਸਾਲ ਪਿੱਛੋਂ ਬੱਚਿਆਂ ਦੇ, ਮਤਲਬ ਘਰ ਵਾਲੀ ਦੇ ਇੱਕ ਪਰਸਨ ਨੂੰ, ਜਿੰਨੇ ਬੱਚੇ ਨੇ, ਇੱਕ ਬੱਚਾ ਦੋ ਤੇ ਜਿੰਨੇ ਬੱਚੇ ਨੇ, 825 ਯੂਰੋ ਦੇ ਪਰ ਮਤਲਬ ਯਾਰ ਉਹ ਨਾਲ ਜੁੜ ਕੇ ਵੱਖਰੇ ਹੁੰਦੇ ਨੇ, ਉਹਨੂੰ ਸੈਟ ਦਰਟਾ ਕਹਿੰਦੇ ਨੇ। ਜਿਹੜਾ ਦਮਾਂਦਾ ਹੁੰਦਾ ਕੌਣ ਦਮਾਂਦਾ ਕਹਿੰਦੇ ਨੇ, ਜਿੱਦਾਂ ਟੈਕ ਉਹਦੇ ਆਉਂਦਾ ਹੀ ਬੋਨਸ ਹਰ ਸਾਲ। ਉਸ ਤੋਂ ਇਲਾਵਾ ਵੀ ਕਈ ਬੋਨਸ ਕਈ ਪ੍ਰਕਾਰ ਦੇ ਨੇ, ਕਦੀ 200 ਯੂਰੋ ਆ ਗਿਆ, ਕਦੀ 400। ਗੌਰਮੈਂਟ ਹਾਂ ਬਹੁਤ ਇੱਥੇ ਸਹੂਲਤਾਂ ਨੇ ਫੈਮਿਲੀ ਹੋਣ ਤੋਂ ਬਾਅਦ ਵੀ, ਓਦਾਂ ਵੀ ਮਤਲਬ ਜਿਹੜੇ ਬੰਦੇ ਵੀਰ ਪੱਕੇ ਹੋ ਜਾਂਦੇ ਨਾ ਜਦੋਂ ਰੈਗੂਲਰ ਹੋ ਜਾਣ, ਤੇ ਲਗਾਤਾਰ ਮਾਲਕ ਟੈਕਸ ਪੇ ਕਰਦੇ ਨੇ, ਤੇ ਉਹਦੇ ਵਿੱਚ ਆਪਾਂ ਨੂੰ ਬਹੁਤ ਬੈਨੀਫਿਟ। ਸਰਕਾਰ ਹੈਲਪ ਬਹੁਤ ਕਰਦੀ, ਔਰ ਕਿਤੇ ਵੀ ਨਹੀਂ ਕਿਸੇ ਵੀ ਕੰਟਰੀ ਚ ਆ ਚੀਜ਼ ਨਹੀਂ ਹੈਗੀ, ਇੱਥੇ ਗੌਰਮੈਂਟ ਬਹੁਤ ਹੈਲਪ ਕਰਦੀ ਫੈਮਿਲੀ ਵਾਲਿਆਂ ਨੂੰ ਵੀ ਤੇ ਬੱਚਿਆਂ ਨੂੰ ਵੀ ਤੇ ਓਦਾਂ ਵੀ। ਇੱਕ ਭਾਜੀ ਮੈਨੂੰ ਰਾਹ ਚ ਮਿਲਿਆ ਸੀ, ਵਿਚਾਰੇ ਨੂੰ ਸਾਲ ਹੀ ਹੋ ਗਿਆ ਸੀ, ਉਹਨੇ ਇੱਕ ਗੱਲ ਕਹੀ ਮੈਨੂੰ ਹੋਈ, ਜਦੋਂ ਮੁੰਡੇ 9 ਮਹੀਨੇ ਵਾਲੇ ਪੇਪਰਾਂ ਤੇ ਆ ਜਾਂਦੇ, ਉਹ ਤੋਂ ਬਾਅਦ ਕਈ ਆਪਣੇ ਆਪਣੇ ਇੰਡੀਅਨ ਦੇ ਦਿਮਾਗਾਂ ਚ ਬੜੇ ਅਜੀਬ ਨਹੀਂ ਲੈਣੀ ਚਾਹੀਦੀ। ਪਤਾ ਕੀ ਹੈ,
जो तो पेपर जमा करा के रेगुलर काम भी दिंदा है ते रेगुलर तुहाडा प्रोसीजर नूं अगे वधांदा है वी सारे संजोर नूं दवांगा कन्वर्स होणे नूं दवांदा फिर तो ठीक है ते जे आके जिहड़े विच खुंझ गए ना जिहड़े अगां के बाह नहीं फड़दे जिहड़े हत्थ खड़े कर जांदे ने बुला के पहलां कहिंदे इन्ने पैसे दो आके पक्का करावांगे बाद च नहीं ओह वीरां नूं मैं ते इही कहूंगा इह सलाह देऊंगा एक आके जी लैके ना कम करो पैसे अपना कमाओ उस तों बाद फिर दूजा प्रोसीजर अपने कोल ही कई वारां मतलब ओदा भी इमीग्रेशन खुले जाती है इथों वास्ते जिवें 2020 च खुली हुण शायद फिर खुले पर नहीं वीर नव्या वीर वास्ते बड़ा मैनू वह वीर पता नहीं आना मेरा रिश्तेदार मैं मना करी जाता तू जेल ना लै तो मैं उन्होंने यह गल कही मैं वीर ए पेपर च खुंझ जे बंदा तो फिर थोड़ा जा बंदा लेट हो जाता नहीं जे नहीं तो आद्द कोई भी बंदा हथ खड़े कर दिता मैं 9 महीने वाले पेपर नहीं जमा कराने तो वीर ज्यादा टाइम ना लो क्योंकि हम टाइम ही बड़ा लगता जेल लो अपने पक्के काम पक्के मैं गल क्या सर जे प्रोसीजर स्टेप स्टेप सही चलता दिसदा ठीक है ओके आ जे मालिक तुहाडी गल सुणदा जां बंदा जिहड़ा तुहानूं बुला रहा है हना उहदी मालिक नाल वधिया है जे मान लो जे कई वार वीर पुराने कम्मां दे करदे अपने मालकां तों भरांदे ने उह मालिक फिर कम्म वी दिंदे ने नाल प्रोसीजर अगे चलदा रहिंदा 9 महीने लई संजोर नूं दवांदे ने फिर साल वाली फिर कन्वर्स होने वाला दवांदा कर दिंदे ने साल वाली संजोर नूं पर जिहड़े वीर इत्थे आ के खुंझ जांदे ने वी इह सब नहीं फिर उहनां नूं मैं ते इही कहूंगा मेरी देर है वी जील लै के जीरो लै के ते करा अपना कम्म करो बाकी ਛੱਡ ਦੋ ਟੈਨਸ਼ਨ ਬਾਕੀ ਹੌਲੀ ਹੌਲੀ ਸਟੈਪ ਬਾਈ ਸਟੈਪ ਜਦੋਂ ਵੀ ਇਟਲੀ ਚ ਕੰਮ ਆ ਤਾਂ ਫਿਰ ਟੈਨਸ਼ਨ ਹੀ ਨਹੀਂ ਹਾਂ ਕੰਮ ਦੀ ਟੈਨਸ਼ਨ ਕਿਹਦੇ ਇੰਡੀਆ ਦਾ ਪਤਾ ਨਹੀਂ ਲੱਗਦਾ ਸਾਲ ਸਾਲ ਡੇਢ ਡੇਢ ਸਾਲ ਹਨ ਹੋ ਗਿਆ 15 ਸਾਲ ਭਾਜੀ ਨੇ ਭਾਜੀ ਇਹਨੇ ਪਤਾ ਨਹੀਂ ਲੱਗੇ ਕਦੋਂ ਲੱਗ ਗਏ ਕਿਉਂਕਿ ਇੱਥੇ ਕੰਮ ਆ ਮੇਨ ਇੱਥੇ ਜਿਹੜਾ ਵੀ ਰਹਿੰਦਾ ਕੋਈ ਵਿਹਲਾ ਨਹੀਂ ਰਹਿ ਸਕਦਾ ਭਾਜੀ ਇੱਕ ਦਿਨ ਵੀ ਨਹੀਂ ਰਹਿ ਸਕਦਾ ਜਿਹੜਾ ਬੰਦਾ ਇੱਥੇ ਆ ਗਿਆ ਉਹਨੂੰ ਇਹ ਹੁੰਦਾ ਮੈਂ ਰੋਜ਼ ਕੰਮ ਹੀ ਕਰਾਂ ਆਦਤ ਬਣ ਜਾਂਦੀ ਆ ਇੰਡੀਆ ਵੱਲੋਂ 8 ਘੰਟੇ ਕੋਈ ਨਹੀਂ ਕੰਮ ਕਰਨਾ ਹੈ ਤੇ ਬਾਕੀ ਕੋਈ ਵੀ ਕਿਸੇ ਦਾ ਪੇਪਰਾਂ ਬਾਰੇ ਜਾਂ ਉਦਾਂ ਕੋਈ ਇਟਲੀ ਦੇ ਵਿੱਚ ਪੁੱਛਣਾ ਚਾਹੇ ਕੋਈ ਕੰਮ ਕੁੰਮ ਬਾਰੇ ਜਾਂ ਕੋਈ ਵੀ ਜਾਣਕਾਰੀ ਲੈਣਾ ਚਾਹੁੰਦਾ ਹੋਵੇ ਤਾਂ ਅਸੀਂ ਜ਼ਰੂਰ ਦੱਸਾਂਗੇ ਜਿੱਦਾਂ ਜਿੰਨੀ ਕੁ ਸਾਡੇ ਕੋਲ ਜਾਣਕਾਰੀ ਹੋਊਗੀ ਪੇਪਰਾਂ ਬਾਰੇ ਵੀ ਦੱਸਾਂਗੇ ਹੋਰ ਵੀ ਪਰ ਇੱਥੇ ਜਿੰਨੇ ਆ ਵੀਰ ਕਿਸੇ ਦੀਆਂ ਗੱਲਾਂ 'ਚ ਛੇਤੀ ਨਾ ਆਓ ਜਿਹੜਾ ਤੁਹਾਨੂੰ ਕਹਿੰਦਾ ਨਾ ਪੇਪਰ ਬਣਾ ਦੂੰਗਾ ਅਸੀਂ ਬਹੁਤ ਫਸੇ ਆ ਆਪਾਂ ਵੀ ਨਵੇਂ ਨਵੇਂ ਆ ਕੇ ਬੰਦਾ ਫਸਦਾ ਹੀ ਆ ਪਰ ਪੁਰਾਣੇ ਬੰਦੇ ਜਿਹੜੇ ਵਧੀਆ ਨਾ ਹੁਣ ਮੈਂ 2 ਗੱਲਾਂ ਕਰਨ ਲੱਗਾ ਬਾਕੀ ਪਹਿਲੀ ਗੱਲ ਤਾਂ ਵੀ ਇੱਥੇ ਜਿਹੜੇ ਲੋਕੀ ਕਈ ਮਤਲਬ ਮੇਰੇ ਵਰਗੇ ਹੁੰਦੇ ਨੇ ਵੀ 7 ਦਿਨ ਕੰਮ ਕਰ ਕਰਕੇ ਬਾਅਦ ਚ ਕਦੇ ਇੱਕ ਦਿਨ ਛੁੱਟੀ ਆ ਜਾਏ ਨਾ 50 ਕੋ ਵੀਡੀਓ ਬਣਾ ਕੇ ਫਿਲਟਰ ਫੁਲਟਰ ਲਾ ਕੇ ਵਧੀਆ ਲੋਕੇਸ਼ਨ ਤੇ ਪਾ ਛੱਡਦੇ ਨੇ ਵੀ ਇੰਡੀਆ ਵਾਲੇ ਵੇਖੋ ਆਪਣੇ ਵੀਰ ਅਸੀਂ ਤੁਰੇ ਕਿੰਨੀ ਕੁ ਵਧੀਆ ਲਾਈਫ ਜਾਂ ਕੀ ਹਿਸਾਬ ਦਾ ਕੰਮ ਔਖਾ ਨੇ ਮੇਰਾ ਭਰਾ ਜਿਹਨਾਂ ਦੀ ਇੰਡੀਆ ਦੇ ਕੰਮ ਲੋਟ ਹੈ ਨਾ ਕੋਈ 25-30 ਹਜ਼ਾਰ ਰੁਪਇਆ ਵੀ ਕੋਈ ਕਮਾਉਂਦਾ ਹੈ ਉਹ ਮੈਂ ਕਹਿੰਦਾ ਆਪਣੇ ਘਰ ਵਰਗੀ ਰੀਸ ਨਹੀਂ ਕੋਈ ਦੁਨੀਆ ਦੇ ਤੇ ਜਿਹਦਾ ਕੰਮ ਥੋੜਾ ਠੀਕ ਨਾ ਜਿਹਦੇ ਕੋਲ 4-5 ਕਿੱਲੇ ਜ਼ਮੀਨ ਹੈ ਜਾਂ ਕੋਈ ਆਪਣਾ ਸਾਈਡ ਬਿਜ਼ਨਸ ਹੈ ਮੇਰਾ ਭਰਾ ਉਹ ਨਾ ਕਿਸੇ ਦੇ ਗੱਲਾਂ ਚ ਆਇਓ ਇਹਦੇ ਏਜੰਟ ਬਸ ਉਹਨਾਂ ਨੂੰ ਤੇ ਫਨੀ ਰਸ ਆਪਣੇ ਇੱਥੇ ਮਤਲਬ ਦੂਜੀ ਗੱਲ ਇਹ ਆਪਣਾ ਮੇਰਾ ਭਰਾ ਛੋਟ ਗੁਰਦਿੱਤ ਇਹ ਕੋਈ ਵੀ ਤੁਸੀਂ ਕੁਐਸਚਨ ਕਿਸੇ ਪ੍ਰਕਾਰ ਦੀ ਜਾਣਕਾਰੀ ਲੈਣੀ ਹੋਵੇ ਤੁਸੀਂ ਕਰ ਦਿਓ ਅਸੀਂ ਅਗਲੀ ਵੀਡੀਓ ਚ ਹਰ ਇੱਕ ਸਵਾਲ ਦਾ ਜਵਾਬ ਦਿਆਂਗੇ ਜਿੰਨੇ ਜੋਗੇ ਹਰ ਪ੍ਰਕਾਰ ਦੀ ਹੈਲਪ ਵੀ ਕਰਾਂਗੇ ਹਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਗਲੇ ਵੀਡੀਓ ਜ਼ਰੂਰ